ਬੇਖੌਫ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇਹਨਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਮੁਰਗਿਆਂ ਦਾ ਕਾਰੋਬਾਰੀ ਪੈਦਲ ਤੁਰਿਆ ਜਾ ਰਿਹਾ, ਇਹਨੇ ਨੂੰ ਦੋ ਐਕਟਿਵਾ ਤੇ ਸਵਾਰ ਚਾਰ ਬਦਮਾਸ਼ ਆਉਂਦੇ ਨੇ, ਇੱਕ ਐਕਟਿਵਾ ਅੱਗੇ ਤੇ ਇੱਕ ਪਿੱਛੇ ਲਾ ਕੇ ਇਸ ਮੁਰਗਿਆਂ ਦੇ ਕਾਰੋਬਾਰੀ ਨੂੰ ਘੇਰ ਲੈਂਦੇ ਨੇ, ਫਿਰ ਕੱਢ ਲੈਂਦੇ ਨੇ ਤੇਜ਼ ਧਾਰ ਹਥਿਆਰ, ਇਸ ਤੋਂ ਮੋਬਾਈਲ ਤੇ ਪੈਸੇ ਖੋਹ ਲੈਂਦੇ ਨੇ। ਔਰ ਇਸ ਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਮੁਰਗਿਆਂ ਦਾ ਵਪਾਰੀ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾ ਕੇ ਭੱਜ ਜਾਂਦਾ। ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਕਿਵੇਂ ਦੋ ਐਕਟਿਵਾ ਸਵਾਰ ਚਾਰ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਜ਼ੋਰ ਤੇ ਇਹਨਾਂ ਨੇ ਮੋਬਾਈਲ ਅਤੇ ਪੈਸੇ ਇਸ ਮੁਰਗਿਆਂ ਦੇ ਕਾਰੋਬਾਰੀ ਤੋਂ ਖੋਹ ਲਏ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ। ਦੱਸ ਦਈਏ ਕਿ ਲੁਧਿਆਣਾ ਦਾ ਇਹ ਪੂਰਾ ਮਾਮਲਾ, ਜਿੱਥੇ ਟਿੱਬਾ ਰੋਡ ਤੇ ਮੁਰਗੇ ਵੇਚਣ ਵਾਲੇ ਨੂੰ ਨਿਸ਼ਾਨਾ ਬਣਾਇਆ ਗਿਆ, ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਹੁੰਦੀਆਂ ਨੇ, ਹਾਲੇ ਤੱਕ ਇਹ ਲੁਟੇਰੇ ਪੁਲਿਸ ਦੇ ਵੱਲੋਂ ਕਾਬੂ ਨਹੀਂ ਕੀਤੇ ਗਏ। ਦੱਸ ਦਈਏ ਕਿ ਰਾਤ ਵੇਲੇ ਮੁਰਗਿਆਂ ਦਾ ਕਾਰੋਬਾਰੀ ਕਿਤੇ ਜਾ ਰਿਹਾ ਸੀ ਤਾਂ ਉਸ ਨੂੰ ਘੇਰਾ ਪਾਇਆ ਗਿਆ ਦੋ ਐਕਟਿਵਾ ਸਵਾਰ ਲੁਟੇਰਿਆਂ ਦੇ ਵੱਲੋਂ। ਇੱਕ ਨੇ ਅੱਗੇ ਜਾ ਕੇ ਘੇਰਿਆ ਤਾਂ ਦੂਜੇ ਨੇ ਪਿੱਛੇ ਜਾ ਕੇ, ਤਾਂ ਇਸ ਨੂੰ ਘੇਰ ਕੇ ਲੁੱਟ ਖੋਹ ਕੀਤੀ ਗਈ। ਬੜੀ ਹੀ ਮੁਸ਼ਕਲ ਦੇ ਨਾਲ ਇਸ ਮੁਰਗਿਆਂ ਦੇ ਕਾਰੋਬਾਰੀ ਨੇ ਆਪਣੀ ਜਾਨ ਬਚਾਈ, ਭੱਜਦਾ ਹੋਇਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ।